ਕਿਸਾਨੀ ਸੰਘਰਸ਼ ਦੇ ਵਿੱਚ ਵੱਖ-ਵੱਖ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜੇ ਹੋਏ ਨੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਕਮੀਆਂ ਦਾ ਬੁੱਧੀ ਜੀਵੀਆਂ ਦਾ ਵੀ ਇੱਕ اخਲਾਕੀ ਫਰਜ਼ ਬਣਦਾ ਵੀ ਉਹਨਾਂ ਨੂੰ ਵੀ ਜਾਨਣਾ ਚਾਹੀਦਾ ਮੈਂ ਪਿਛਲੀ ਵਾਰੀ ਗੱਲ ਦਾ ਜਵਾਬ ਦਿੱਤਾ ਸੀ ਵੀ ਜਿਨ੍ਹਾਂ ਨੂੰ ਆਪਣੇ ਸਿਰਫ ਅਵਾਰਡਾਂ ਦੀ ਮੋਹਰ ਲਗवानी ਹੁੰਦੀ ਹੈ ਆਪਣੇ ਪੱਠੇ ਉੱਤੇ ਹਮੇਸ਼ਾ ਕਿਨਾਰਾ ਕਰਦੇ ਆ ਉਹ ਇਸ ਚੀਜ਼ ਨੂੰ ਸੰਘਰਸ਼ ਦੇ ਦੌਰ ਨੂੰ ਕੰਟਰੋਵਰਸੀ ਕਹਿ ਕੇ ਅੰਦਰ ਕਮਰੇ 'ਚ ਬੈਠ ਜਾਂਦੇ ਆ ਮੈਨੂੰ ਲੱਗਦਾ ਫੇਸਬੁੱਕ ਤੇ ਔਰਤ ਤੇ ਮਰਦ ਦੇ ਰਿਸ਼ਤੇ ਨੂੰ ਕੁਝ ਲੋਕਾਂ ਨੇ ਔਰਤ ਵਰਸਸ ਮਰਦ ਬਣਾ ਦਿੱਤਾ ਵੀ ਦੁਨੀਆ ਪਰਦਾ ਜੋ ਅਤਿਆਚਾਰ ਕਰਦਾ ਮਰਦ ਤੇ ਦੁਨੀਆ ਪਰਦਾ ਜੋ ਅਤਿਆਚਾਰ ਸਹਿੰਦੀ ਆ ਉਹ ਔਰਤਾ ਇੱਕ ਔਰਤ ਹਮੇਸ਼ਾ ਘਰ ਦੀ ਪੂੰਜੀ ਸਮਝ ਕੇ ਰੱਖਦੀ ਹੈ ਜੋ ਪਿੰਡਾਂ ਇਹ ਲੋਕਾਂ ਨੂੰ ਵਹਿਮ ਆ ਵੀ ਮਰਦ ਪ੍ਰਧਾਨ ਹੁੰਦਾ ਜਗਜੀਤ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਆ ਕਿ ਵਿੱਚ ਗੱਲ ਹੋਈ ਵੀ ਆ ਕਿ ਕਿਤੇ ਨਾ ਕਿਤੇ ਪਹਿਲਾਂ ਹਾਂ ਅਤਿਆਚਾਰ ਔਰਤ ਤੇ ਹੁੰਦਾ ਵੀ ਰਿਹਾ ਲੰਮਾ ਸਮਾਂ ਹੋਇਆ ਪਰ ਅੱਜ ਜੇ ਗੱਲ ਕਰ ਲਈਏ ਮੁੰਡਿਆਂ ਨਾਲ ਵੀ ਹੋ ਰਿਹਾ ਕਿਤੇ ਨਾ ਕਿਤੇ ਜੇ ਕੋਈ ਕੁੜੀ ਐਲਸ ਕਰ ਰਹੀ ਆ ਤਾਂ ਫਰਾਡਗੇ ਮਤਲਬ ਕੁੜੀਆਂ ਵੀ ਪੈਸੇ ਲੈ ਕੇ ਭੱਜ ਰਹੀਆਂ ਨੇ ਇਹ ਘਟਨਾਕਰਮ ਵੀ ਅੱਜ ਹੋ ਰਹੇ ਨੇ ਬੜੀਆਂ ਔਰਤਾਂ ਨਾਲ ਮੇਰੀ ਗੱਲਬਾਤ ਹੁੰਦੀ ਆ ਉਹਨਾਂ ਦਾ ਕਹਿਣਾ ਹੈ ਕਿ ਇਹੀ ਸਮਾਜ ਪਹਿਲਾਂ ਜਿਹੜਾ ਆ 30 30 20 20 ਸਾਲ ਦੀਆਂ ਕੁੜੀਆਂ ਨੂੰ 60 60 ਸਾਲ ਦੇ ਬਜ਼ੁਰਗਾਂ ਨਾਲ ਵਿਆਹ ਦਿੰਦਾ ਸੀ ਤਾ ਅੱਜ ਜੇ ਉਹ ਕੁੜੀਆਂ ਜੇ ਮੰਨ ਲਓ ਅੱਜ ਕੁੜੀਆਂ ਵੀ ਫਰਾਡ ਕਰ ਰਹੀਆਂ ਨੇ ਤਾਂ ਸਮਾਜ ਦੀ ਹੀ ਦੇਣ ਜਿੰਨਾ ਕਿਤਾਬਾਂ ਨਾਲ ਸਾਨੂੰ ਜੋੜਨਾ ਚਾਹੀਦਾ ਜਾਂ ਜੇ ਸਾਇਹਦ ਦਾ ਚਾਹਨਾ ਸਾਨੂੰ ਪੂਰਾਣਾ ਚਾਹੀਦਾ ਅਸੀਂ ਨਹੀਂ ਪਾ ਰਹੇ ਮੈਨੂੰ ਲੱਗਦਾ ਸਾਨੂੰ ਆ ਬਗਾਨੇ ਸਾਹਿਤ ਨਾਲ ਪੜਨ ਤੋਂ ਪਹਿਲਾਂ ਸਾਡਾ ਆਪ ਦਾ ਇਤਿਹਾਸ ਨਾ ਪਿਆ ਮੈਨੂੰ ਲੱਗਦਾ ਉਮਰ ਲੰਘ ਜੇ ਪੜਨਾ ਹੋਵੇ ਤਾਂ ਜਿੰਦਾਬਾਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ ਕਿਹਾ ਜਾਂਦਾ ਹੈ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਸਮਾਜ ਦੇ ਵਿੱਚ ਜੋ ਵਰਤਾਰਾ ਵਾਪਰ ਰਿਹਾ ਹੁੰਦਾ ਹੈ ਲੇਖਕ ਖੂਬ ਉਹ ਉਸ ਨੂੰ ਆਪਣੀ ਰਚਨਾ ਦੇ ਵਿੱਚ ਚਿੱਤਰ ਦਿੰਦਾ ਮੇਰੇ ਨਾਲ ਅਜਿਹੀ ਹੀ ਲੇਖਕ ਮੌਜੂਦ ਨੇ ਪਿੰਡ ਮਾਲਾ ਕਲਾ ਜ਼ਿਲ੍ਹਾ ਮੋਗਾ ਤੋਂ ਬਾਈ ਚਕਜੀਤ ਤਜਕਜੀਤ ਬਹੁਤ-ਬਹੁਤ ਸਵਾਗਤ ਹੈ ਜਿੰਦਾਬਾਦ ਦੇ ਉੱਤੇ ਬਾਈ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪਿੰਡ ਚੱਲ ਕੇ ਆਏ ਤੇ ਇਸ ਕਾਬਲ ਸਮਝਿਆ ਇਸ ਮਾਨ ਲਈ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਤਾਂ ਜਗਜੀਤ ਆਮ ਤੌਰ ਤੇ ਨੌਜਵਾਨ ਕਵੀ ਨੌਜਵਾਨ ਮੁੰਡੇ ਕੁੜੀਆਂ ਜੋ ਲਿਖਦੇ ਨੇ ਤਾਂ ਉਹਨਾਂ ਦੀ ਜਿਹੜੀ ਕਵਤਾ ਹੁੰਦੀ ਹੈ ਜਾਂ ਗੀਤ ਹੁੰਦੇ ਨੇ ਉਹ ਰਮਾਂਸਵਾਦੀ ਕਵਤਾ ਹੁੰਦੀ ਹੈ ਤਾਂ ਜਗਜੀਤ ਦੇ ਜਿਹੜੇ ਗੀਤ ਨੇ ਜਾਂ ਕਵਤਾ ਇੱਕ ਸੰਘਰਸ਼ਮਈ ਝਲਕਾਰਾ ਜਿਹੜਾ ਉਹਨਾਂ ਚੋਂ ਪੈਂਦਾ ਹੈ ਸੰਘਰਸ਼ਮਈ ਗੀਤ ਹੁੰਦੇ ਨੇ ਤੁਹਾਡੇ ਲਗਾਤਾਰ ਸੁਣਦਾ ਆ ਮੈਂ ਬਾਈਬਲਦੀਪ ਨੇ ਵੀ ਕੀਤੇ ਨੇ ਹੋਰ ਵੀ ਬੜੇ ਸਿੰਗਰਾਂ ਨੇ ਕੀਤੇ ਨੇ ਤਾਂ ਬਾਂਟੀ ਨੰਬਰਦਾਰ ਨੇ ਇੱਕ ਰਮਾਂਸਵਾਦੀ ਵੀ ਬੇਸ਼ੱਕ ਨਾਲ ਨਾਲ ਲਿਖ ਰਹੇ ਹੋ ਤਾਂ ਜਿਹੜਾ ਸੰਘਰਸ਼ਮਈ ਗੀਤ ਆ ਲਿਖਦੇ ਹੂੰ ਤੁਸੀਂ ਸੰਘਰਸ਼ਮਈ ਕਵਿਤਾ ਲਿਖਦੇ ਹੂੰ ਅੱਜ ਵੀ ਸੰਘਰਸ਼ ਦਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ ਤਾਂ ਸੰਘਰਸ਼ਮਈ ਗੀਤ ਜਿਹੜੇ ਆ ਉਹ ਕੀ ਮਾਇਨੇ ਰੱਖਦੇ ਆ ਸੰਘਰਸ਼ਮਈ ਗੀਤ ਇਦਾਂ ਹੁੰਦੇ ਆ ਵੀ ਇਹ ਸਾਡੀ ਲੋੜ ਹੁੰਦੀ ਆ ਸਮੇਂ ਦੀ ਲੋੜ ਹੁੰਦੀ ਆ ਤੇ ਜਦੋਂ ਅਸੀਂ ਸੰਘਰਸ਼ਮਈ ਗੀਤ ਲਿਖਦੇ ਆ ਤੇ ਉਹ ਜੋ ਲੋਕ ਸਾਡੇ ਬੈਠੇ ਹੁੰਦੇ ਆ ਜੋ ਚੌਂਕੜੀਆਂ ਮਾਰ ਕੇ ਧਰਨਿਆਂ 'ਚ ਬੈਠੇ ਹੁੰਦੇ ਆ ਤੇ ਉਹ ਉਹਨਾਂ ਨੂੰ ਹਲੂਣਾ ਦਿੰਦੇ ਹੁੰਦੇ ਆ ਸੰਘਰਸ਼ਮਈ ਗੀਤ ਦਾ ਮਤਲਬ ਇਹ ਨਹੀਂ ਹੁੰਦਾ ਆਪਾਂ ਕੋਈ ਵਿਵਾਦ ਖੜਾ ਕਰਨਾ ਇੱਕ ਸੱਚ ਹੁੰਦਾ ਇੱਕ ਰੂਹ ਇੱਕ ਜੋ ਚੱਲ ਰਹੇ ਸਮੇਂ ਦਾ ਇੱਕ ਪ੍ਰਤੱਖ ਰੂਪ ਹੁੰਦਾ ਵਾ ਇਹ ਵਾਕਈ ਇਹ ਗੀਤ ਇਹ ਜੋ ਚੱਲ ਰਿਹਾ ਗੀਤ ਦਾ ਇੱਕ ਹਿੱਸਾ ਸੀ ਸੋ ਸੰਘਰਸ਼ਮਈ ਗੀਤਾਂ ਨੂੰ ਹਮੇਸ਼ਾ ਕੌਮ ਦੇ ਮੱਧ ਨਜ਼ਰ ਕਰਕੇ ਲਿਖਿਆ ਜਾਂਦਾ ਤੇ ਮੈਨੂੰ ਲੱਗਦਾ ਹੈ ਮੈਂ ਆਪਣਾ ਫਰਜ਼ ਸਮਝਦਾ ਹਾਂ ਰਮਾਂਸਵਾਦੀ ਵੀ ਚੱਲਦਾ ਰਹਿੰਦਾ ਨਾਲ ਦੀ ਨਾਲ ਪਰ ਜਦੋਂ ਕੁਝ ਇਨਸਾਨ ਜ਼ਿਆਦਾ ਸੰਘਰਸ਼ਮਈ ਪੜਦਾ ਤੋ ਉਹਦੇ ਕੋਲੋਂ ਗੀਤ ਗੀਤ ਆਪਣੇ ਆਪ ਬੰਦੇ ਰਹਿੰਦੇ ਆ ਤੇ ਸਮੇਂ-ਸਮੇਂ ਤੇ ਗੀਤ ਆਉਂਦੇ ਰਹਿੰਦੇ ਆ ਤਾਂ ਅ ਅੱਜ ਦੀ ਜੇ ਗੱਲ ਕਰ ਲਈ ਆਪਾਂ ਸੰਘਰਸ਼ ਦੀ ਗੱਲ ਕਰ ਰਹੇ ਹਾਂ ਤਾਂ ਅੱਜ ਦੀ ਸੰਘਰਸ਼ ਦੀ ਗੱਲ ਕਰ ਲਈਏ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਵੱਖ-ਵੱਖ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਕਮੀਆਂ ਦਾ ਬੁੱਧੀ ਜੀਵੀਆਂ ਦਾ ਵੀ ਇੱਕ اخਲਾਕੀ ਫਰਜ਼ ਬਣਦਾ ਵੀ ਉਹਨਾਂ ਨੂੰ ਵੀ ਜਾਣਨਾ ਚਾਹੀਦਾ ਹੈ ਬੇਸ਼ੱਕ ਵੱਖ-ਵੱਖ ਕਵੀ ਜਾ ਰਹੇ ਨੇ ਪਰ ਕੁਝ ਵੱਡੇ ਕਵੀ ਵੱਡੇ ਨਾਮ ਜਿਹੜੇ ਆ ਇਹਨਾਂ ਸੰਘਰਸ਼ਾਂ ਦੇ ਵਿੱਚ ਪਹੁੰਚ ਨਹੀਂ ਰਹੇਗੀ ਤਾਂ ਕੀ ਲੱਗਦਾ ਉਹਨਾਂ ਨੂੰ ਜਾਣਨਾ ਚਾਹੀਦਾ ਫਰਜ਼ ਬਣਦਾ ਬਿਲਕੁਲ ਫਰਜ਼ ਬਣਦਾ ਤੇ ਮੈਨੂੰ ਲੱਗਦਾ ਨਾ ਜਾਣ ਦਾ ਕਾਰਨ ਨਹੀਂ ਹੋਏਂਦਾ ਵੀ ਸਰਕਾਰ ਨਾਲ ਸਾਡੇ ਦਾ ਮਤਲਬ ਦੁਖੀ ਹੋ ਜੇ ਮੈਂ ਪਿਛਲੀ ਵੀ ਗੱਲ ਦਾ ਜਵਾਬ ਦਿੱਤਾ ਸੀ ਵੀ ਜਿਨ੍ਹਾਂ ਨੂੰ ਆਪਣੇ ਸਿਰਫ ਅਵਾਰਡਾਂ ਦੀ ਮੋਹਰ ਲਗवानी ਹੁੰਦੀ ਹੈ ਆਪਣੇ ਪੱਠ ਉੱਤੇ ਹਮੇਸ਼ਾ ਕਿਨਾਰਾ ਕਰਦੇ ਆ ਉਹ ਇਸ ਚੀਜ਼ ਨੂੰ ਸੰਘਰਸ਼ ਦੇ ਦੌਰ ਨੂੰ ਕੰਟਰੋਵਰਸੀ ਕਹਿ ਕੇ ਅੰਦਰ ਕਮਰੇ ਚ ਬੈਠ ਜਾਂਦੇ ਆ ਹਾਂ ਠੀਕ ਆ ਕੁਝ ਲੋਕ ਅੰਦਰ ਬੈਠ ਕੇ ਵੀ ਦੋ ਚਾਰ ਲਾਈਨਾਂ ਲਿਖ ਦਿੰਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣਾ ਫਰਜ਼ ਪੂਰਾ ਕਰਤਾ ਪਰ ਮੈਨੂੰ ਲੱਗਦਾ ਵੀ ਅੱਜ ਕੱਲ ਮੰਟੋ ਲੱਭਣਾ ਬਹੁਤ ਔਖਾ ਸੰਤਰਾ ਮਦਾਸੀ ਲੱਭਣਾ ਬਹੁਤ ਔਖਾ ਜਿਨ੍ਹਾਂ ਨੇ ਆ ਵਿਚਰ ਕੇ ਕਵਿਤਾਵਾਂ ਲਿਖੀਆਂ ਜਿਨ੍ਹਾਂ ਨੇ ਉਹਨਾਂ ਲੋਕਾਂ ਦੇ ਗੀਤ ਗਾਏ ਉਹ ਤਰੰਗਾ ਛੇੜੀਆਂ ਜਿਨ੍ਹਾਂ ਨੇ ਦਰਦ ਦੀਆਂ ਤੇ ਦਰਦਾਂ ਦੇ ਵਿੱਚ ਵੀ ਖੁਸ਼ੀ ਵੰਡੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਕੀਤਾ ਰਹੀ ਚੜ੍ਹਦੀ ਕਲਾ ਦਿੱਤੀ ਸੁਭਰਾਜ ਉਹ ਚੀਜ਼ਾਂ ਔਖੀਆਂ ਲੱਭਣੀਆਂ ਅੱਜ ਜੇ ਇਹ ਜਾਣਗੇ ਤਾਂ ਅਗਲੀ ਵਾਰ ਅਵਾਰਡ ਨਹੀਂ ਮਿਲੂਗਾ ਕੋਮਲ ਜਾ ਹੋਗਾ ਸਾਰਾ ਕੁਝ ਰਲ ਮਿਲ ਜੇ ਗਿਆ ਐਂ ਲੱਗਦਾ ਮੈਨੂੰ ਤਾਂ ਜਗਜੀਤ ਜੀ ਜੇ ਮੈਂ ਗੱਲ ਕਰਾਂ ਜਗਜੀਤ ਜਿਹੜੇ ਸਮਕਾਲੀ ਕਵੀ ਨੇ ਉਹਦੇ ਹਾਣ ਦੇ ਜਿਹੜੇ ਕਵੀ ਨੇ ਸਮਕਾਲੀ ਕਵੀ ਨੇ ਉਹਨਾਂ ਨੂੰ ਕਿਵੇਂ ਦੇਖਦਾ ਬੇਸ਼ੱਕ ਕੱਚ ਘੜ ਸਾਹਿਤ ਬਹੁਤ ਛਪ ਰਿਹਾ ਅੱਜ ਦੇ ਜ਼ਮਾਨੇ ਦੇ ਵਿੱਚ ਹਾਲਾਂਕਿ ਉਹ ਪ੍ਰਮੋਟ ਵੀ ਹੋ ਰਿਹਾ ਜਿਹੜਾ ਕੱਚ ਘੜ ਛਪ ਰਿਹਾ ਉਹ ਪ੍ਰਮੋਟ ਵੀ ਹੋ ਰਿਹਾ ਪਤਾ ਨਹੀਂ ਪਾਠਕ ਕਹਿੋ ਜੇ ਨੇ ਜਾਂ ਜੋ ਵੀ ਆ ਉਹ ਚੱਕਿਆ ਵੀ ਜਾ ਰਿਹਾ ਹੈ ਜਗਜੀਤ ਕਿਵੇਂ ਦੇਖਦਾ ਸਮਕਾਲੀਆਂ ਨੂੰ ਮੈਨੂੰ ਤਾਂ ਇਹੀ ਲੱਗਦਾ ਵੀ ਮੈਂ ਇਹਨਾਂ ਚੀਜ਼ਾਂ ਟਿੱਪਣੀ ਨਹੀਂ ਕਰਦਾ ਮੈਨੂੰ ਇਹ ਲੱਗਦਾ ਵੀ ਜੋ ਕਰ ਰਿਹਾ ਠੀਕ ਹੀ ਕਰ ਰਿਹਾ ਜਿੰਨੇ ਕ ਮੱਲਾ ਹਰੇਕ ਦੀ ਮਤ ਬੱਧ ਹੁੰਦੀ ਹੈ ਅਗਲਾ ਉਹਦੇ ਮੁਤਾਬਿਕ ਜਿਹਦਾ ਜਿੰਨਾ ਘੜਾ ਉਹਨਾਂ ਕੋ ਛਲਕਾਈ ਜਾਂਦਾ ਲਈ ਜਾਂਦਾ ਨਾ ਜਾਂ ਜਿੰਨਾ ਭਰ ਲਿਆਉਂਦਾ ਜਿੰਨਾ ਘੜਾ ਜੀ ਦੇ ਕੋਲੇ ਪਰ ਮਤਲਬ ਕਿ ਜਿਵੇਂ ਤੁਸੀਂ ਉਹ ਗੱਲ ਕੀਤੀ ਵੀ ਉਹ ਜਾਇ ਸਹਾਇਤ ਬਣ ਰਿਹਾ ਲਿਖਿਆ ਜਾ ਰਿਹਾ ਪਰ ਉਹ ਮੈਨੂੰ ਲੱਗਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਘਾਟਾ ਹੋਊਗਾ ਕਾਰਨ ਇਹ ਆ ਵੀ ਜਿੰਨਾ ਕਿਤਾਬਾਂ ਨਾਲ ਸਾਨੂੰ ਜੋੜਨਾ ਚਾਹੀਦਾ ਜਾਂ ਜੇ ਸਹਾਇਤ ਦਾ ਚਾਹਨਾ ਸਾਨੂੰ ਪਾਉਣਾ ਚਾਹੀਦਾ ਅਸੀਂ ਨਹੀਂ ਪਾ ਰਹੇ ਮੈਨੂੰ ਲੱਗਦਾ ਸਾਨੂੰ ਆ ਬਗਾਨੇ ਸਹਾਇਤ ਨਾਲ ਪੜਨ ਤੋਂ ਪਹਿਲਾਂ ਸਾਡਾ ਆਪ ਦਾ ਇਤਿਹਾਸ ਨਾ ਪਿਆ ਮੈਨੂੰ ਲੱਗਦਾ ਉਮਰ ਲੰਘ ਜਿਜ ਪੜਨਾ ਹੋਵੇ ਤਾਂ ਇੰਨੀਆਂ ਸਾਡੀਆਂ ਲੰਮੀ ਕਦਾਸਤਾਂ ਪਈ ਸਾਡੇ ਇਤਿਹਾਸ ਦੀ ਪੰਜਾਬ ਦੀ ਬੋਲੀ ਦੀ ਪੰਜਾਬ ਦੀ ਮਿੱਟੀ ਦੀ ਇੱਕ ਬਹੁਤ ਲੰਮੀ ਦਾਸਤਾਨ ਆ ਪਰ ਨਹੀਂ ਜਿਵੇਂ ਤੁਸੀਂ ਪਹਿਲਾਂ ਸਵਾਲ ਕੀਤਾ ਵੀ ਰਮਾਂਸ ਵਾਦ ਭਾਰੂ ਇਸ ਟਾਈਮ ਖਾਸ ਕਰਕੇ ਫੇਸਬੁੱਕ ਤੇ ਬਹੁਤ ਦੇਖਦਈਆਂ ਕਮਜਸਟੜੇ ਚ ਤੁਸੀਂ ਵੀ ਜੁੜੇ ਹੋ ਉਹਨਾਂ ਲੋਕਾਂ ਨਾਲ ਮੈਂ ਵੀ ਜੁੜਿਆ ਹੋਇਆ ਵਾਂ ਤੋ ਉਸ ਤੇ ਉਹ ਰਮਾਂਸ ਵਾਦ ਆ ਜਿਹੜਾ ਸਿਖਰ ਬਹੁਤ ਸਿਖਰ ਤੇ ਹੀ ਜਿਹਨੂੰ ਕਹਿ ਦਈਏ ਆਪਾਂ ਸੋ ਲੱਗੀ ਲੋਕੀ ਡਾਇਵਡ ਹੋਏ ਪਏ ਆ ਅਸਲ ਮੋਟਿਵ ਤੋਂ ਡਾਇਵਰਟ ਹੋਏ ਪਏ ਆ ਅ ਇੱਕ ਜਗਜੀਤ ਹੋਰ ਗੱਲ ਤੁਸੀਂ ਕਹੀ ਹੈ ਕਿ ਮੈਂ ਬੇਸ਼ੱਕ ਸਮਕਾਲੀਆਂ ਤੇ ਟਿੱਪਣੀ ਨਹੀਂ ਕਰਦਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਚਾਹੇ ਜਗਜੀਤ ਆ ਚਾਹੇ ਕੋਈ ਹੋਰ ਵੀ ਹੈ ਚਾਹੇ ਜੋ ਵੀ ਕਵੀ ਹੈ ਹਰ ਇੱਕ ਲੇਖਕ ਲੇਖਕ ਹੁਣ ਇੱਕ ਪ੍ਰੋਫੈਸ਼ਨ ਹੀ ਨਹੀਂ ਤੁਹਾਨੂੰ ਲੱਗਦਾ ਵੀ ਲੇਖਕ ਹੁਣ ਇੱਕ ਫਰਜ਼ ਵੀ ਹੁੰਦਾ ਸਮਾਜ ਪ੍ਰਤੀ ਬਿਲਕੁਲ ਮੈਨੂੰ ਲੱਗਦਾ ਲੇਖਕ ਤੇ ਗੀਤਕਾਰ ਚ ਹੀ ਤਾਂ ਇਹ ਹੀ ਤਾਂ ਫਰਕ ਹੁੰਦਾ ਚਾ ਲੇਖਕ ਹੁੰਦਾ ਬੰਦੇਸ਼ੀ ਨਹੀਂ ਬੱਦੇ ਹੋਣਾ ਚਾਹੀਦਾ ਉਹਨ ਖੁੱਲਕੇ ਚੱਲਣਾ ਚਾਹੀਦਾ ਉਹਨੂੰ ਮਤਲਬ ਬੇਬਾਕੀ ਹੋਣੀ ਚਾਹੀਦੀ ਉਹਦੇ ਵਿੱਚ ਵੀ ਜਿਉ ਉਹਨੇ ਸੋਚਿਆ ਜੋ ਦੇਖਿਆ ਉਹਨੂੰ ਲਿਖ ਦੇਣਾ ਚਾਹੀਦਾ ਉਹ ਸੋ ਇਹਹੀ ਇਹਹੀ ਤਾਂ ਫਰਕ ਆ ਲੇਖਕ ਦੇ ਗੀਤਕਾਰ ਦੇ ਵਿੱਚ ਵੱਡਾ ਮੇਜਰ ਫਰਕ ਤਾਂ ਇਹ ਹੀ ਆ ਤੇ ਲੱਗਦਾ ਵੀ ਮੈਂ ਕੋਸ਼ਿਸ਼ ਕਰਦਾਂ ਵੀ ਮੈਂ ਬੰਦੇਸ਼ ਨਾ ਵੱਜਾ ਰਵਾਂ ਕਈ ਵਾਰਾਂ ਲੋਕਾਂ ਦੇ ਕੁਐਸਚਨ ਬਾਅਦ ਆ ਜਾਂਦੇ ਆ ਵੀ ਲੋਕੀ ਸਵਾਲ ਪੁੱਛਦੇ ਆ ਕਈ ਵਾਰ ਲੋਕੀ ਕਹਿੰਦੇ ਵੀ ਤੂੰ ਐ ਕਿਵੇਂ ਲਿਖ ਦੇਂਗਾ ਅਸੀਂ ਐ ਹੋ ਜੂ ਫਲਾਨਾ ਹੋ ਜੂਗਾ ਕਾਫੀ ਕੁਝ ਹੁੰਦਾ ਰਹਿੰਦਾ ਪਰ ਮਤਲਬ ਜੀ ਅੱਜ ਡਰ ਕੇ ਕਹਿ ਰਹੀਏ ਵੀ ਤਾਂ ਅੰਦਰ ਤੜਕੇ ਦੇ ਬਹਿ ਜੀ ਤਾਂ ਫਿਰ ਉਹਨਾਂ ਦੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਹ ਜੂਗਾ ਮੈਂ ਉਹਨਾਂ ਨੂੰ ਵੀ ਆਪ ਤਾਂ ਮੈਂ ਅੰਦਰ ਬੈਠਾਂ ਤੇ ਉਹਨਾਂ ਤੇ ਮੈਂ ਕਿੰਤੂ ਕਰੀਨਾ ਇਹ ਚੀਜ਼ ਸੋਹਣੀ ਨਾ ਲੱਗਣੀ ਫਿਰ ਸੋ ਫਰਕ ਫਰ ਜੇ ਆ ਵੀ ਆਪ ਪਹਿਲਾਂ ਪਿਆਲ ਕਰੋ ਮਗਰ ਨਾ ਵੇਖੋ ਕਿ ਆ ਰਿਹਾ ਕਿ ਨਹੀਂ ਆ ਰਿਹਾ ਇੱਕ ਤੁਹਾਨੂੰ ਲੱਗਦਾ ਵੀ ਸਾਹਿਤ ਦੇ ਵਿੱਚ ਕਿ ਨਾਰੀਵਾਦ ਦੀ ਗੱਲ ਆਖੀ ਜਾਂਦੀ ਆ ਵਾਰ-ਵਾਰ ਕੁਝ ਕਵਿਤਰੀਆਂ ਵੱਲੋਂ ਜਾਂ ਕੁਝ ਜ਼ਿਆਦਾ ਵੱਡੇ ਪੱਧਰ ਤੇ ਗੱਲ ਇਹ ਆਖੀ ਜਾਂਦੀ ਆ ਹਾਲਾਂਕਿ ਮੈਨੂੰ ਲੱਗਦਾ ਉਸ ਚੀਜ਼ ਦੀ ਲੋੜ ਨਹੀਂ ਹੁੰਦੀਗੀ ਕੀ ਲੱਗਦਾ ਮੈਨੂੰ ਲੱਗਦਾ ਫੇਸਬੁੱਕ ਤੇ ਔਰਤ ਤੇ ਮਰਦ ਦੇ ਰਿਸ਼ਤੇ ਨੂੰ ਕੁਝ ਲੋਕਾਂ ਨੇ ਔਰਤ ਵਰਸਸ ਮਰਦ ਬਣਾ ਦਿੱਤਾ ਵੀ ਦੁਨੀਆ ਪਰ ਦਾ ਜੋ ਅਤਿਆਚਾਰ ਕਰਦਾ ਮਰਦ ਤੇ ਦੁਨੀਆ ਪਰ ਦਾ ਜੋ ਅਤਿਆਚਾਰ ਸਹਿੰਦੀ ਆ ਔਰਤਾਂ ਦੇਖੋ ਆਪਾਂ ਵੀ ਆਪਣੇ ਘਰੇ ਮਾਵਾ ਭੈਣਾਂ ਆਪਣੇ ਵੀ ਆਪਾਂ ਵੀ ਮਾਵਾ ਦੇ ਪੁੱਤ ਹਨ ਆਪਾਂ ਵੀ ਆਪਣੇ ਪਿਓ ਦੇਖਿਆ ਹਾਲਾਤ ਨਿਕਲ ਦੇ ਮਾਵਾ ਵੀ ਦੇਖੀਆ ਮਿਲਦਾ ਆਪਾਂ ਬਰਾਬਰ ਦਾ ਕੰਟਰੀਬਿਊਸ਼ਨ ਮੰਨਦੇ ਆ ਆਪਾਂ ਨੂੰ ਪਾਲਣ ਦੇ ਵਿੱਚ ਖੜਾ ਕਰਨ ਦੇ ਵਿੱਚ ਇੱਕ ਇੱਕ ਸਮਾਨਤਾ ਦੀ ਆਜ਼ਾਦੀ ਦੀ ਗੱਲ ਚਾਹੀਦੀ ਆ ਨਾ ਕਿ ਮਤਲਬ ਔਰਤ ਵਰਸੇ ਮਰਦ ਜਾਂ ਮਰਦ ਵਰਸੇ ਔਰਤ ਹਨਾ ਪ੍ਰਧਾਨਤਾ ਕਿਸੇ ਦੀ ਨਹੀਂ ਹੋਣੀ ਚਾਹੀਦੀ ਇੱਕ ਸਮਾਨਤਾ ਦੀ ਲੋੜ ਦੇਖੋ ਹੁਣ ਆਪਣੇ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਤੁਸੀਂ ਵੀ ਚਲੋ ਉਸ ਮਾਹੌਲ ਨੇ ਬਿਲੋਂਗ ਕਰਦੇ ਹੋ ਦੇਖੋ ਇੱਕ ਔਰਤ ਹਮੇਸ਼ਾ ਘਰ ਦੀ ਪੂੰਜੀ ਸਾਹਮਣੇ ਰੱਖਦੀ ਹੈ ਜੋ ਪਿੰਡ ਇਹ ਲੋਕਾਂ ਨੂੰ ਵਹਿਮ ਆ ਵੀ ਮਰਦ ਵਰਧਾਨ ਹੁੰਦਾ ਠੀਕ ਆ ਮੈਂ ਮੰਨਦਾ ਵੀ ਔਰਤ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੁੰਦਾ ਵਾ ਜਿਵੇਂ ਮੇਰੀ ਮੇਰੇ ਤੇ ਮੇਰੀ ਮਾਂ ਦਾ ਬਹੁਤ ਵੱਡਾ ਮਤਲਬ ਕਿ ਇੱਕ ਰਹਿਮੋ ਕਰਮਾ ਇਤੋਂ ਤੱਕ ਆਉਣ ਲਈ ਹੈ ਨਾ ਸੋ ਇਹ ਇਹ ਚੀਜ਼ਾਂ ਲੋਕਾਂ ਨੇ ਫੇਸਬੁੱਕ ਤੇ ਇਦਾਂ ਬਣਾ ਦਿੱਤਾ ਗਿਆ ਵੀ ਔਰਤ ਹਮੇਸ਼ਾ ਅਤਿਆਚਾਰ ਸਹਿੰਦੀ ਆ ਤੇ ਮਰਦ ਹਮੇਸ਼ਾ ਅਤਿਆਚਾਰ ਕਰਦਾ ਹਾਲਾਂਕਿ ਐਸਪੈਕਟ ਹੋਰ ਹੁੰਦੇ ਆ ਹੁਣ ਦੇਖੋ ਕੁੱਝ ਆਪਾਂ ਆਮ ਹੀ ਪੜਦੇ ਆ ਵੀ ਮਰਦ ਨੇ ਚੀਟ ਕੀਤਾ ਔਰਤ ਨੂੰ ਔਰਤ ਨੇ ਵਿਆਹ ਤੋਂ ਬਾਅਦ ਮਰਦ ਨੂੰ ਚੀਟ ਕੀਤਾ ਉੱਥੇ ਆਪਾਂ ਕਿਸ 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 ਪੱਖ ਦੇ ਵਿੱਚ ਗੁਨਾਹ ਜ਼ਿਆਦਾ ਕੱਢਾਂਗੇ ਔਰਤ ਵਿੱਚ ਕਿ ਮਰਦ ਵਿੱਚ ਸੋ ਦੋਨੇ ਚੀਜ਼ਾਂ ਦਲੀਆਂ ਮਿਲੀਆਂ ਚਲਦੀਆਂ ਤੁਸੀਂ ਹਾਂ ਤੁਸੀਂ ਜੈਂਡਰ ਤੇ ਹੋ ਕੇ ਇੱਕ ਚੀਜ਼ ਨੂੰ ਕਰ ਸਕਦੇ ਵੀ ਹਾਂ ਵੀ ਅਸੀਂ ਹਫਲਾਣੇ ਜੈਂਡਰ ਦੇ ਹਾਂ ਸਾਡੇ ਅਸੀਂ ਇਹ ਚੀਜ਼ ਨੂੰ ਮਤਲਬ ਉਸ ਤਰੀਕੇ ਨਾਲ ਪੇਸ਼ ਕਰਨਾ ਵਾਇਲੈਂਟ ਵੇ ਨਾਲ ਪੇਸ਼ ਕਰਨਾ ਜੋ ਕਿ ਸਰਾਸਰ ਗਲਤ ਆ ਕਿੱਥੇ ਗਲਤ ਹੋ ਤੇ ਉੱਥੇ ਇੱਕ ਉੱਥੇ ਉਹ ਆਵਾਜ਼ ਉਠਾਉਵੀਂ ਜਿੱਥੇ ਤੇ ਨਹੀਂ ਗਲਤ ਤੇ ਨਜਾਇਜ਼ ਇਸ ਨੂੰ ਪੋਜ਼ਿਟਿਵਿਟੀ ਰੱਖੋ ਨਾ ਫਲਾਓ ਨੈਗੇਟਿਵਿਟੀ ਇਹੀ ਮੇਰੀ ਤਾਂ ਬੇਨਤੀ ਆ ਤਾਂ ਜਗਜੀਤ ਇਥੇ ਇੱਕ ਗੱਲ ਹੋਰ ਕਰਨੀ ਬਣਦੀ ਆ ਕਿ ਵਿੱਚ ਗੱਲ ਹੋਈ ਵੀ ਹੈ ਕਿ ਕਿਤੇ ਨਾ ਕਿਤੇ ਪਹਿਲਾਂ ਹਾਂ ਅਤਿਆਚਾਰ ਔਰਤ ਤੇ ਹੁੰਦਾ ਵੀ ਰਿਹਾ ਲੰਮਾ ਸਮਾਂ ਹੋਇਆ ਤਾਂ ਗੁਰਨਾਨ ਕਾਖਦੇ ਆ ਕਿ ਸੂਕਿਓ ਮੰਦਾ ਕੀ ਆ ਜਿੱਤ ਜੰਮੇ ਰਾਜਾ ਹਨਾ ਤਾਂ ਪਰ ਅੱਜ ਜੇ ਗੱਲ ਕਰ ਲਈਏ ਮੁੰਡਿਆਂ ਨਾਲ ਵੀ ਹੋ ਰਿਹਾ ਕਿਤੇ ਨਾ ਕਿਤੇ ਜੇ ਕੋਈ ਕੁੜੀ ਐਲਸ ਕਰ ਰਹੀ ਆ ਤਾਂ ਫਰਾਡ ਜੇ ਮਤਲਬ ਕੁੜੀਆਂ ਵੀ ਪੈਸੇ ਲੈ ਕੇ ਭੱਜ ਰਹੀਆਂ ਨੇ ਇਹ ਘਟਨਾ ਕਰਨ ਵੀ ਅੱਜ ਹੋ ਰਹੇ ਨੇ ਤਾਂ ਉੱਥੇ ਬੜੀਆਂ ਬੁੱਧੀਜੀਵੀ ਔਰਤਾਂ ਨਾਲ ਮੇਰੀ ਇਸ ਵਿਸ਼ੇ ਤੇ ਗੱਲਬਾਤ ਹੁੰਦੀ ਆ ਮੈਨੂੰ ਲੱਗਿਆ ਤੁਹਾਡੇ ਨਾਲ ਕਰਨੀ ਚਾਹੀਦੀ ਆ ਤਾਂ ਬੜੀਆਂ ਔਰਤਾਂ ਨਾਲ ਮੇਰੀ ਗੱਲਬਾਤ ਹੁੰਦੀ ਆ ਉਹਨਾਂ ਦਾ ਕਹਿਣਾ ਹੈ ਕਿ ਇਹੀ ਸਮਾਜ ਪਹਿਲਾਂ ਜਿਹੜਾ ਆ 30-20 ਸਾਲ ਦੀਆਂ ਕੁੜੀਆਂ ਨੂੰ 60-60 ਸਾਲ ਦੇ ਬਜ਼ੁਰਗਾਂ ਨਾਲ ਵਿਆਹ ਦਿੰਦਾ ਸੀ ਤਾਂ ਅੱਜ ਜੇ ਉਹ ਕੁੜੀਆਂ ਜੇ ਮੰਨ ਲਓ ਅੱਜ ਕੁੜੀਆਂ ਵੀ ਫਰਾਡ ਕਰ ਰਹੀਆਂ ਨੇ ਤਾਂ ਸਮਾਜ ਦੀ ਹੀ ਦੇਣ ਕੀ ਲੱਗਦਾ ਦੇਖੋ ਤੁਸੀਂ ਮਾਡਲ ਜਿਹੜਾ ਕਨ ਮਾਡਰਨ ਜ਼ਮਾਨੇ ਚ ਰਹਿੰਦੇ ਪਏ ਹੋ ਠੀਕ ਹੈ ਤੁਸੀਂ ਮਾਡਰਲਿਜ਼ਮ ਦੀ ਜਦੋਂ ਗੱਲ ਕਰਦੇ ਹੋ ਨਾ ਉਦੋਂ ਤੁਸੀਂ ਆਪ ਦੀ ਗਲਤੀ ਨੂੰ ਲੁਕਾਉਣ ਲਈ ਗੱਲ ਜ਼ਰੂਰ ਕਹਿ ਦੋਗੇ ਠੀਕ ਹੈ ਮੈਂ ਮੈਂ ਤਾਂ ਇਹ ਮੰਨਦਾ ਵੀ ਮੈਂ ਤਾਂ ਇਹ ਵੀ ਬਹੁਤ ਸੁਣਿਆ ਦੇਖਿਆ ਵੀ ਬਾਹਰ ਜਾ ਕੇ ਬੰਦੇ ਬਹੁਤ ਅੱਕਿਆ ਕਰਦੇ ਔਰਤ ਨਾਲ ਉੱਥੇ ਉੱਥੇ ਕਈ ਕਈ ਲੋਕਾਂ ਨੇ ਆਵਾਜ਼ਾਂ ਵੀ ਉਠਾਈਆਂ ਬੋਲੇ ਵੀ ਬਤੇਰਾ ਆਪਾਂ ਆਵੇਂ ਆ ਸੋਸ਼ਲ ਸਾਈਟ ਦੇ ਵੀਡੀਓਜ਼ ਦੇਖਦੇ ਰਹਿੰਦੇ ਆ ਨਾ ਠੀਕ ਆ ਕਈ ਵਾਰ ਕੋਟ ਹੋ ਜਾਂਦੇ ਆ ਫੜੇ ਜਾਂਦੇ ਆ ਜੀ ਬੈਡਰੂਮ ਚ ਪਏ ਸਭ ਕੁਝ ਦੇਖਦੇ ਆ ਸੋ ਮੈਨ ਲੱਗਦਾ ਇੰਨੇ ਕੁ ਫਰੇਮ ਨੂੰ ਤੁਸੀਂ ਸਰਬੱਤਨਾਂ ਨਹੀਂ ਜੋੜ ਸਕਦੇ ਇੱਕ ਚੀਜ਼ ਨੂੰ ਸਰਬੱਤ ਤੇ ਨੀ ਇੰਪਲੀਮੈਂਟ ਕਰ ਸਕਦੇ ਜਿਹਾ ਸਰਬੱਤ ਦੇ ਜੀ ਹੋ ਰਹੀ ਆ ਫਿਰ ਤੁਸੀਂ ਕਹਿ ਸਕਦੇ ਹੋ ਹਰੇਕ ਨੂੰ ਉਹ ਸ਼ੱਕ ਦੀ ਨਜ਼ਰ ਨਾਲ ਦੇਖ ਸਕਦੇ ਹੋ ਅਦਰਵਾਈਜ਼ ਇਹ ਚੀਜ਼ ਅਖਾਤ ਮਤਲਬ ਕਿ ਉਦਾਂ ਲੱਗਦੀ ਹੈ ਵੀ ਤੁਸੀਂ ਸਿਰਫ ਕੁਝ ਲੋਕਾਂ ਨੂੰ ਉਕਸਾਰ ਰਹੇ ਹੋ ਥੈਟਸ ਇਟ ਇਦੂਗਾ ਤਾਂ ਕੁਝ ਨਹੀਂ ਉਕਸਾਓਗੇ ਸਾਡੇ ਨਾਲ ਲੋਕ ਜੁੜਨਗੇ ਸਾਡਾ ਇੱਕ ਰਤਬਾ ਬਣੂਗਾ ਹਾਲਾਂਕਿ ਰਤਬਾ ਬਣਾਉਣ ਦੇ ਜੇ ਤੁਸੀਂ ਹੱਕ ਮੰਗਣੇ ਉਹਦੇ ਵੇਹ ਬਹੁਤ ਅਲੱਗ ਆ ਤੁਸੀਂ ਤੁਸੀਂ ਹੁਣ ਜੇ ਇਹ ਚੀਜ਼ ਦੇਖੋਗੇ ਵੀ ਔਰਤ ਦਾ ਕਰਕੇ ਨਾਰੀਵਾਦ ਨੂੰ ਕਰਕੇ ਤੇ ਮਰਦਵਾਦ ਨੂੰ ਭੰਡ ਭੰਡ ਕੇ ਉਹ ਨਹੀਂ ਹੁੰਦਾਗਾ ਉਹ ਤਾਂ ਇੱਕ ਹੂਰੀ ਸਮਾਜ ਦੀ ਸਿਰਜਣਾ ਹੋ ਜੋਗੀ ਉੱਤੇ ਕੱਲ ਨੂੰ ਕਿਸੇ ਦਾ ਜਿਹੜਾ ਰਿਸ਼ਤਾ ਵੀ ਹੋਣਾ ਤੇ ਉਸ ਨਜ਼ਰ ਨਾਲ ਦੇਖੋ ਵੀ ਇਹ ਕੀ ਮੈਨੂੰ ਪਿਆਰ ਕਰੂਗਾ ਜਾਂ ਮੈਨੂੰ ਸੁਖੀ ਰੱਖੂਗਾ ਉਹ ਤਾਂ ਸਵਾਲ ਦਿਮਾਗ 'ਚ ਧੱਕੇ ਨਾਲ ਪਾਉਣਾ ਮੈਨੂੰ ਪਲੇਟ ਕਰਨ ਨੂੰ ਕਹਿ ਸਕਦੇ ਆਪਾਂ ਸੋ ਮੇਰਾ ਮੰਨਣਾ ਇੰਨਾ ਕੀ ਹੈ ਬਾਕੀ ਫੇਸਬੁੱਕ ਹੀ ਵਿਦਵਾਨ ਜ਼ਿਆਦਾ ਇਹ ਚੀਜ਼ ਨੂੰ ਜਾਣਦੇ ਆ ਅਜਿਹੀ ਜਿੱਤ ਸਾਡੇ ਜੇ ਗੱਲ ਕਰ ਲਈਏ ਆਪਾਂ ਸਿਲੇਬਸ ਦੀ ਗੱਲ ਕਰ ਲਈਏ ਸਾਡੇ ਸਿਲੇਬਸ ਨੂੰ ਤੋੜਿਆ ਮਰੂੜਿਆ ਗਿਆ ਤੁਸੀਂ ਕਿਹਾ ਕਿ ਸਿੱਖ ਇਤਿਹਾਸ ਹੀ ਇੰਨਾ ਵੱਡਾ ਸਾਡਾ ਵਿਰਸਾ ਹੀ ਇੰਨਾ ਵੱਡਾ ਜੇ ਅਸੀਂ ਆਪਦਾ ਇਤਿਹਾਸ ਪੜਨ ਲੱਗ ਪਈਏ ਤਾਂ ਮੈਨੂੰ ਲੱਗਦਾ ਉਮਰਾਂ ਲੰਘ ਜਾਣਗੀਆਂ ਵੀ ਅਸੀਂ ਦੂਜਿਆਂ ਦਾ ਪੜ ਰਹੇ ਹਾਂ ਤਾਂ ਇਹ ਗੱਲ ਆਪਾਂ ਕਰ ਰਹੇ ਹਾਂ ਸੋ ਸਾਨੂੰ ਸਾਡੇ ਇਤਿਹਾਸ ਤੋਂ ਜੇ ਕਹਿ ਲਈਏ ਵੀ ਤੋੜਿਆ ਗਿਆ ਸਿਲੇਬਸ ਹੀ ਉਦਾਂ ਦੇ ਬਣਾਏ ਗਏ ਨੇ ਤਾਂ ਤੋੜਿਆ ਮਰੋੜਿਆ ਜਾ ਰਿਹਾ ਤਾਂ ਵੱਖ-ਵੱਖ ਸਾਹਿਤ ਅਕਾਦਮੀਆਂ ਕੰਮ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਸਹਿਤਕਾਰ ਕੰਮ ਕਰ ਰਹੇ ਨੇ ਸਾਹਿਤਕ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਕੀ ਸਮਝਦੇ ਉਹਨਾਂ ਦਾ ਕੀ ਯੋਗਦਾਨ ਰਿਹਾ ਪਿਛਲੇ ਲੰਮੇ ਸਮੇਂ ਤੋਂ ਵੀ ਸਾਡਾ ਜਿਹੜਾ ਆਪਣਾ ਸਾਹਿਤ ਸਾਡੇ ਵਿਰਸੇ ਦੀ ਗੱਲ ਕਰਦਾ ਜੋ ਸਾਹਿਤ ਜੋ ਸਾਡਾ ਮੌਲਿਕ ਸਾਹਿਤਾ ਉਹਨੂੰ ਪ੍ਰਮੋਟ ਦੇ ਪ੍ਰਮੋਟ ਕਰਨ ਦੇ ਵਿੱਚ ਕਿੰਨਾ ਕੁ ਯੋਗਦਾਨ ਰਿਹਾ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਯੋਗਦਾਨ ਰਿਹਾ ਵੀ ਅੱਜ ਕੋਈ ਹਰਿੰਦਰ ਸਿੰਘ ਮਹਿਬੂਬ ਪੁੱਛ ਲਈ ਅੱਜ ਕੌਣ ਆ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਨੌਜਵਾਨ ਕਵੀ ਜਾਂ ਨੌਜਵਾਨ ਲੇਖਕ ਉਹਨਾਂ ਨੂੰ ਪਤਾ ਹੋਊਗਾ ਤਾਂ ਕੀ ਯੋਗਦਾਨ ਸਮਝਦੇ ਹੋ ਉਹਨਾਂ ਦਾ ਜਿਵੇਂ ਤੁਸੀਂ ਸਿਲੇਬਸ ਦੀ ਗੱਲ ਕੀਤੀ ਆ ਦੇਖੋ ਤੁਸੀਂ ਵੀ ਪੜਿਆ ਹੋਊਗਾ ਮੈਂ ਵੀ ਪੜਿਆ ਆਪਾਂ ਨੂੰ ਜ਼ਿਆਦਾਤਰ ਭਗਤ ਸਿੰਘ ਤੇ ਮਹਾਤਮਾ ਗਾਂਧੀ ਬਾਰੇ ਪੜਾਇਆ ਗਿਆ ਕਿਤਨਾ ਕਿਰਿ ਸਰਾਬਾ ਬਿਲਕੁਲ ਹੀ ਹੈ ਹੀ ਨਹੀਂ ਸੀ ਅਮਲਾਂ ਦਾ ਹਜੇ ਵੀ ਹੈ ਨਹੀਂਗਾ ਸੋ ਇਹ ਸਭ ਤੋਂ ਵੱਡਾ ਮਤਲਬ ਗਦਰੀ ਬਾਬੇ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਦਾ ਰੋਲ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹਾਲਾਂਕਿ ਗਦਰੀ ਬਾਬੇ ਇੱਕ ਸੁੱਚੀ ਸੱਚੀ ਆਤਮਾ ਦੇ ਜਿਹੜੇ ਵਾਸੀ ਜਾਂ ਕਹ ਦਈਏ ਮਤਲਬ ਕਿ ਮਾਲਕ ਸੀਗੇ ਉਹਨਾਂ ਨੂੰ ਹੋਰ ਹੀ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਸੋ ਜਿਹੜੀਆਂ ਚੀਜ਼ਾਂ ਸਾਡੇ ਸਿਲੇਬਸ 'ਚ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਨਾ ਸਾਡੇ ਬੁੱਧੀਜੀਵਾਂ ਨੇ ਕਦੇ ਆਵਾਜ਼ ਉਠਾਈ ਤੇ ਨਾ ਸਾਡੇ ਉੱਚ ਵਿਦਵਾਨਾਂ ਨੇ ਆਵਾਜ਼ ਉਠਾਈ ਤੇ ਨਾ ਉਹਨਾਂ ਲੋਕਾਂ ਨੇ ਜਿਹੜੇ ਸਰਕਾਰੀ ਪਦਵੀਆਂ ਲੈ ਕੇ ਅੱਜ ਆਪਦੇ ਆਪ ਨੂੰ ਵੱਡੇ ਕਵੀ ਕਹਾਉਂਦੇ ਆ ਉਹਨਾਂ ਨੇ ਕਦੇ ਆਵਾਜ਼ ਨਹੀਂ ਉਠਾਈ ਉਹਨਾਂ ਦਾ ਕਦੇ ਪੰਜਾਬੀ ਬੋਲੀ ਨੂੰ ਲੈ ਕੇ ਆਵਾਜ਼ ਨਹੀਂ ਉਠਾਈ ਇਹ ਤਾਂ ਬਹੁਤ ਵੱਡੇ ਮੁੱਦੇ ਰਹਿ ਗਏ ਆ ਉਹਨਾਂ ਨੇ ਤੁਸੀਂ ਦੇਖਿਆ ਵੱਡੇ ਪਦਮੀਆਂ ਤੇ ਬੈਠੇ ਹੋਏ ਕਵੀ ਸਰਕਾਰ ਵੱਲੋਂ ਪਦਮੀਆਂ ਲੈ ਕੇ ਕਿਸੇ ਨੇ ਪੰਜਾਬੀ ਬੋਲੀ ਬਾਰੇ ਕੁਝ ਵੀ ਅਜੇ ਤੋ ਬੋਰਡ ਆ ਉੱਪਰ ਲੱਗਿਆ ਸੀ ਕੁਛ ਹੋਇਆ ਸੋ ਕੋਈ ਲਗਾ ਦੇਣ ਜਿੰਨਾ ਦੀ ਹੈਗੀ ਆ ਉਹ ਚਾਰੇ ਅੱਗੇ ਨਹੀਂ ਆਉਂ ਦਿੱਤੇਗੇ ਜਾਂ ਉਹਨਾਂ ਉੱਤੇ ਕੋਈ ਨਾ ਕੋਈ ਕੰਟਰੋਵਰਸੀ ਵਿਵਾਦ ਕਰਵਾ ਕੇ ਡੀਫੇਮ ਕਰ ਦਿੱਤਾ ਗਿਆ ਸੋ ਇਹ ਪੰਜਾਬ ਤੇ ਨਾਲ ਡੋਗ ਰਿਆ ਤੋਂ ਲੈ ਕੇ ਹੁਣ ਤੱਕ ਇਹੀ ਕੁਝ ਚੱਲਦਾ ਆ ਰਿਹਾ ਤੋ ਇਹੇ ਕੰਮ ਬਾਅਦ ਚ ਹੁੰਦੇ ਆ ਵਿਗੜ ਪਹਿਲਾਂ ਜਾਂਦੇ ਆ ਸਿਆਸਤ ਪਹਿਲਾਂ ਹੋ ਜਾਂਦੀ ਆ ਸੋ ਮਿਲਦਾ ਵੱਡਿਆਂ ਵੱਲੋਂ ਕੋਈ ਦੇਣ ਨਹੀਂ ਹੋएगी ਸਿਰਫ ਹਾਂ ਉਹਨਾਂ ਨੇ ਆ ਪਦਵੀਆਂ ਜਰੂਰ ਹਾਸਲ ਕਰ ਲਈਆਂ ਮੇਰਾ ਮੰਨਣਾ ਇਹ ਆ ਤਾਂ ਜਗਜੀਤ ਮੈਂ ਚਾਹੂੰਗਾ ਕਿ ਤੁਹਾਡੀ ਇੱਕ ਰਚਨਾ ਸਾਡੇ ਦਰਸ਼ਕਾਂ ਨਾਲ ਜਰੂਰ ਜਿਹੜੀ ਸਾਂਝੀ ਕਰੋ ਤੁਸੀਂ ਹਾਂਜੀ ਮੈਂ ਮਤਲਬ ਕਿ ਕਵਿਤਾ ਅਕਸਰ ਹੀ ਬੋਲਦਾ ਹੁੰਦਾ ਹਾਂ ਬਈ ਜਿਹੜੇ ਗਈ ਤੜਕੇ ਉਹ ਪਹਿਲੀ ਬੱਸ ਸੀ ਬੇਬੇ ਧਾਰੀ ਆਈ ਟੂਮਾ ਗਏ ਨੇ ਸੀ ਖੇਡਾ ਖੇਡੀਆਂ ਨੇ ਗਵਰਨਮੈਂਟ ਨੇ ਪੱਲੇ ਧਰ ਨਹੀਂ ਸਾਡੇ ਰਹਿਣੇ ਸੀ ਦੇਖ ਅੱਖਾਂ ਅੱਗੇ ਫੋਕ ਝੋਨੇ ਦਾ ਮਸਾ ਮੰਡੀ ਵਿੱਚ ਰੋਣਾ ਰੋਕੇ ਆ ਨਾਲੇ ਵੋਂਦਾ ਰਿਹਾ ਪਹਿਲੀ ਤੜਕੇ ਨਾਲੇ ਕਰਮਾ ਨੂੰ ਬੜਾ ਕੁੱਸਿਆ ਸੋ ਇਹ ਮੈਨੂੰ ਅਕਸਰ ਜਗ੍ਹਾ ਤੇ ਬੋਲਦਾ ਰਹਿੰਦਾ ਮੈਨੂੰ ਚੰਗੀ ਲੱਗਦੀ ਆ ਐਂ ਬਣ ਬਣ ਕੀ ਨੰਗ ਤੇ ਟੱਪ ਦੇ ਕੇ ਆਈ ਹਾਲਾਤ ਵੇਖਦੇ ਬਸ ਤਾਂ ਜਗਜੀਤ ਲਗਭਗ 9 ਦੇ ਕਰੀਬ ਗਾਣੇ ਤੁਹਾਡੇ ਆ ਚੁੱਕੇ ਨੇ ਸੱਚ ਦੇ ਅਰਕ ਪੁਸਤਕ ਵੀ ਕਾਫੀ ਚਰਚਾ ਦੇ ਵਿੱਚ ਰਹੀ ਸੀ ਤਾਂ ਅਗਲੇ ਪ੍ਰੋਜੈਕਟ ਜਿਹੜੇ ਆ ਕੀ ਆ ਰਹੇ ਨੇ ਅਗਲੇ ਪ੍ਰੋਜੈਕਟ ਸਭ ਤੋਂ ਪਹਿਲਾਂ ਅਗਲੇ ਸਾਲ ਅਖੀਰ ਤੇ ਸ਼ੀਦੀ ਦਿਹਾੜਿਆਂ ਤੇ ਕਿਤਾਬ ਆ ਰਹੀ ਦੂਸਰੀ ਜਿਹਦਾ ਨਾਮ ਰੱਖਿਆ ਪੰਜਾਬ ਅਣਖੀ ਲੋਕਾਂ ਦੀ ਧਰਤੀ ਤੇ ਉਹਦੇ ਤੇ ਹੁਣ ਚੱਲ ਰਹੀ ਸਟੱਡੀ ਮੇਰੀ ਰਿਸਰਚ ਚੱਲ ਰਹੀ ਉਹ ਕਿਤਾਬ ਨੂੰ ਲੈ ਕੇ ਤੇ ਹੋਰ ਮਤਲਬ ਗੀਤ ਆ ਰਹੇ ਆ ਤੇ ਕੀ ਸੋਚਿਆ ਆ ਆਲ ਵਾਲੀ 6 ਜੂਨ ਨੂੰ ਅਸੀਂ ਕੁਝ ਚਾਰ ਪੰਜ ਗਾਣੇ ਦੇ ਕੋਈ ਨਿੱਕੀ ਜੀ ਐਲਬਮ ਦਾ ਸੋਚ ਰਹੇ ਆ ਵੀ ਜਿਹਦੇ ਜਿਹਦੇ ਵਿੱਚ ਸਾਰੇ ਗਾਣੇ ਉਸ ਸਮੇਂ ਦੇ ਨੇੜੇ ਤੇ ਹੋਏ ਘੱਲੂ ਘਰਾਂ ਤੇ ਹੋਣਗੇ ਤਾਂ ਜੋ ਸਾਡਾ ਫਰਜ਼ ਆ ਤੇ ਉਹ ਕਰ ਰਹੇ ਆ ਬਾਕੀ ਚਲੋ ਥੋੜਾ ਕਮਰਸ਼ਲ ਦੌਰ ਦੇ ਵਿੱਚ ਵੀ ਸੰਪੂਰਨ ਆ ਪੈਂਦਾ ਕਿਉਂਕਿ ਜਿਹੜੇ ਸੱਜਣ ਪਿਆਰੇ ਗੀਤ ਮੰਗਦੇ ਆ ਉਹ ਥੋੜਾ ਕਮਰਸ਼ਲ ਵੀ ਮੰਗ ਲੈਂਦੇ ਆ ਸੋ ਉਹ ਜਿਆਦਾ ਰੰਗ ਵੀ ਆ ਪਰ ਲਿਮਟ ਦੇ ਵਿੱਚ ਰਹਿ ਕੇ ਮਤਲਬ ਕਰਾਂਗੇ ਸਾਰਾ ਕੁਝ ਪਰ ਐ ਨਹੀਂ ਇੱਕ ਪੱਖ ਤੇ ਭਾਰੀ ਹੋ ਜਾਗੇ ਇੱਕ ਤੇ ਡੋਲ ਜਾਗੇ ਇਹ ਚੀਜ਼ ਰੱਖਾਂਗੇ ਅੱਗੇ ਤਾਂ ਡਾਇਰੈਕਸ਼ਨ ਦੇ ਉੱਤੇ ਵੀ ਕਾਫੀ ਪੱਕੜਾ ਜਗਜੀਤ ਦੀ ਆਉਣ ਵਾਲੇ ਸਮੇਂ ਦੇ ਵਿੱਚ ਡਾਇਰੈਕਟ ਵੀ ਕਰ ਸਕਦੇ ਹਾਂ ਕੁਝ ਇੱਕ ਸ਼ਾਰਟ ਮੂਵੀ ਕਰ ਰਹੇ ਆਂ ਇੰਗਲਿਸ਼ ਦੇ ਵਿੱਚ ਜੋ ਕਿ ਕੈਨੇਡਾ ਸ਼ੂਟ ਹੋਣੀ ਆ ਉਹਦੇ ਆਰਟਿਸਟ ਵੀ ਸਾਰੇ ਮਤਲਬ ਕੈਨੇਡਾ ਦੇ ਆ ਸੋ ਉਹ ਜਿਵੇਂ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ ਵੀ ਉਹ ਔਰਤ ਤੇ ਮਰਦ ਦਾ ਉਹ ਮਤਲਬ ਔਰਤ ਦੇ ਪੱਖ ਦੀ ਕਹਾਣੀ ਆ ਉਹ ਲਿਖੀ ਮੈਂ ਤੇ ਹਰੈਸ਼ਮੈਂਟ ਤੇ ਆਉ ਤੇ ਇੱਕ ਸਟੈਪ ਫਾਦਰ ਆਫ ਦੀ ਸਟੈਪ ਡਾਟਰ ਦਾ ਕਿਦਾਂ ਸੋ ਉਹ ਕਲਚਰ ਵਿੱਚ ਉਹ ਹੈਗਾ ਪਰ ਉਹ ਇੱਕ ਕੋਸ਼ ਹਲਾਤਾ ਜੇ ਬਹੁਤ ਗਲਤ ਮੰਨ ਜਾਂਦੀ ਹੈ ਚੀਜ਼ ਸੋ ਉਸ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਮਨ ਲੱਗਦਾ ਅਗਲੇ ਸਾਲ ਤੱਕ ਉਹ ਵੀ ਆ ਜੂਗੀ ਜ਼ੋਰ ਬਾਕੀ ਗੀਤ ਵੀ ਕਰ ਰਹੇ ਹਨ ਡਾਇਰੈਕਟਰ ਵੀ ਕਰਾਂਗੇ ਬੜੀਆ ਕੋਸ਼ਿਸ਼ ਅਕੇ ਤਾਂ ਇੱਕ ਮਨ ਲੱਗਦਾ ਆਪਣਾ 사ਜਣਦੀਪ ਨਾਲ ਵੀ ਗੀਤਾਂ ਦੀ ਗੱਲ ਜਿਹੜੀ ਆ ਚੱਲ ਰਹੀ ਆ ਤੁਹਾਡੀਆਂ ਪਿੱਛੇ ਜੀ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਸੀਗੀਆਂ ਹਾਂਜੀ ਬਾਈ ਨਾਲ ਮਤਲਬ ਕਿ ਭੇਜੇ ਹੋਇਆ ਬਾਈ ਨਾਲ ਮੁਲਾਕਾਤ ਹੋਈ ਇੱਕ ਫਿਰ ਹੋਣੀ ਆ ਤੇ ਹੋਪਫੁਲੀ ਕਲਾਂਗੇ ਬਾਈ ਨਕਮ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੀਤ ਮੈਂ ਚਾਹੂੰਗਾ ਕਿ ਜਿਹੜਾ ਅਗਲਾ ਗਾਣਾ ਜਿਹੜਾ ਨਵਾਂ ਆ ਰਿਹਾ ਹੁਣ ਲੇਟੈਸਟ ਮੈਂ ਚਾਹੂੰਗਾ ਉਹਦਾ ਵੀ ਇੱਕ ਅੰਤਰਾ ਸਾਡੇ ਨਾਲ ਸਾਂਝਾ ਕਰੋ ਅਗਲਾ ਗਾਣਾ ਭਾਈ ਬਾਈ ਨੰਬਰਦਾਨਾ ਹੀ ਆ ਰਿਹਾ ਵਾ ਤੇ ਜਿਹਦਾ ਨਾਮ ਹੈਗਾ ਚਨਾਬ ਉਹ ਗਾਣਾ ਇਦਾਂ ਵੀ ਕੋਈ ਆਸ਼ਿਕ ਚਬਾਰਿਆਂ ਤੋਂ ਤਾਰੇ ਹੋਊਗਾ ਤੋੜਦਾ ਤੋਰਾਏ ਉਹਦੀ ਅੱਡੀਆਂ ਦਾ ਕੰਡੇ ਹੋਊਗਾ ਭੋਰਦਾ ਇਹ ਪੁਰੇ ਜਿਹੜੇ ਵਗਦੇ ਉਹਦੇ ਪਿੰਡ ਵੱਲੋਂ ਲੱਗਦੇ ਹੁੰਦਾ ਜੁਲਫਾਂ ਦੇ ਧੱਗਿਆਂ ਤੋਂ ਭਲਾਂ ਕਿਨੇ ਬਚਣਾ ਲੱਗਿਆ ਚਨਾਵੇ ਉੱਤੇ ਮੇਲਾ ਦੇਖੀ ਕੁੜੀਆਂ ਨੇ ਅੱਜ ਕਿਸੇ ਸੱਸੀ ਦੇ ਪੈਰਾਂ ਨੂੰ ਪਾਣੀ ਲੱਗਣਾ। ਸੋ ਇਹ ਪੁਆਇੰਟਕ ਜਿਆ ਗੀਤ ਹੈ ਇੱਕ। ਤੇ ਮਤਲਬ ਕਿ ਇਹਨੂੰ ਤੁਸੀਂ ਕਮਰਸ਼ੀਅਲ ਵੀ ਕਹਿ ਸਕਦੇ ਹੋ ਮਤਲਬ ਪੁਆਇੰਟਕੀ ਚੀਜ਼ ਹੈ ਪਰ ਇਹਨੂੰ ਕਮਰਸ਼ੀਅਲ ਰੰਗ ਦੇ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਜਗਜੀਤ ਲਗਾਤਾਰ ਮੈਂ ਦੇਖਦਾ ਰਹਿਣਾ ਤੁਹਾਡੀਆਂ ਸਟੋਰੀਜ਼ ਵੀ ਦੇਖਦਾ ਇੰਸਟਾਗ੍ਰam ਦੇ ਉੱਤੇ Netflix ਦੇ ਉੱਤੇ ਤੁਸੀਂ ਕਾਫੀ ਵੈਬ ਸੀਰੀਜ਼ ਦੇਖਦੇ ਰਹਿੰਦੇ ਹੋ। ਰਿਕਮੈਂਡ ਵੀ ਕਰਦੇ ਹੋ ਤੁਸੀਂ ਵੀ ਇਹ ਦੇਖਣ ਯੋਗ ਨੇ ਦੇਖਣੀਆਂ ਚਾਹੀਦੀਆਂ। ਨਾਲ ਨਾਲ ਸਾਹਿਦ ਦੀ ਜੇ ਗੱਲ ਕਰ ਲਈਏ ਤਾਂ ਪੁਸਤਕਾਂ ਕਿਹੜੀਆਂ ਕਿਹੜੀਆਂ ਪੜਦੇ ਹਾਂ ਕੀ ਕੀ ਪੜ ਰਹੇ ਹਾਂ ਅ ਦੇਖੋ ਵੀ ਮਤਲਬ ਕਿ ਇਤਿਹਾਸ ਤਾਂ ਆਪਣਾ ਹੀ ਬਹੁਤ ਵੱਡਾ ਪੜ ਰਹੇ ਆ ਨਾਲ ਦੀ ਨਾਲ ਨਾਲ ਦੀ ਨਾਲ ਹੋਰ ਚੀਜ਼ਾਂ ਦਾ ਵੀ ਮਤਲਬ ਕਿ ਜਿਵੇਂ ਇਰਾਨੀ ਸਾਹਿਤ ਹੋ ਗਿਆ ਹਨਾ ਤੇ ਮਤਲਬ ਕਿ ਜੋ ਚੰਗੀਆਂ ਲਿਖਤਾ ਖਲੀਲ ਜਬਰਾਨ ਪੜਿਆ ਨਾ ਸੋ ਜੋ ਚੰਗਾ ਮਿਲਦਾ ਗ੍ਰੈਬ ਕਰ ਲੀਦਾ ਕਿਤਾਬਾਂ ਪੜਨੀਆਂ ਮਤਲਬ ਕਿ ਇਦਾਂ ਹੋ ਜਾਂਦਾ ਵੀ ਤੁਸੀਂ ਅ ਜਿਵੇਂ ਜਿਵੇਂ ਵਕ ਵਕ ਵਿਸ਼ੇ ਪੜੋਗੇ ਤੁਹਾਨੂੰ ਵਕ ਵਕ ਵਿਸ਼ਿਆਂ ਦੀ ਜਾਣਕਾਰੀ ਹੋਗੀ ਪਹਿਲੂ ਤੁਸੀਂ ਜਾਣੋਗੇ ਕਿ ਕਿੱਦਾਂ ਕਿਦਾਂ ਸਾਹਿਤ ਸਿਰਜਿਆ ਪਿਆ ਦੁਨੀਆ ਦੇ ਉੱਤੇ ਸੋ ਮੈਂ ਹਰੇਕ ਰੰਗ ਪੜਦਾ ਰਹਿਣਾ ਜੋ ਵੀ ਕਿਤਾਬ ਚੰਗੀ ਲੱਗਦੀ ਆ ਸ਼ੁਰੂ ਕਰ ਲੈਣਾ ਦੇ 10 ਦਿਨ ਲਾ ਕੇ ਨੱਤ ਦਿਨ ਲੱਗ ਜਾ ਆਰਾਮ ਨਾਲ ਫਿਨਿਸ਼ ਕਰ ਕਰਤਾ ਆਰਾਮ ਨਾਲ ਕਿਤਾਬ ਪੜੀ ਦੀ ਕੋਈ ਕਾਲੀ ਨਹੀਂ ਹੁੰਦੀ ਬਿਛਰੀ ਨਵੇੜਨੀ ਆ ਸੋ ਹਰੇਕ ਰੰਗ ਪੜਦਾ ਰਹਿਣਾ ਮੈਂ ਤਾਂ ਜਗਜੀਤ ਮੇਰਾ ਆਖਰੀ ਸਵਾਲ ਆ ਤੁਹਾਨੂੰ ਅ ਤੁਸੀਂ ਇੰਡਸਟਰੀ ਦੇ ਵਿੱਚ ਵਿਚਰਦੇ ਵੀ ਹੋ ਨਾਲ ਨਾਲ ਖੇਤੀ ਵੀ ਕਰਦੇ ਹੋ ਹੁਣ ਮੈਰਿਜ ਤੋਂ ਬਾਅਦ ਹੋਰ ਵੀ ਜ਼ਿੰਮੇਵਾਰੀਆਂ ਵਾਧ ਜਾਂਦੀਆਂ ਨੇ ਸਾਰਾ ਪਰਿਵਾਰ ਨੂੰ ਸਮਾਂ ਕਿਵੇਂ ਦਿੰਨੀਓ ਇੰਡਸਟਰੀ ਨੂੰ ਕਿਵੇਂ ਦਿੰਨੀਓ ਕਿਵੇਂ ਵਿਚਰਦੀਓ ਸਾਰਾ ਸਮੇਂ ਦਾ ਕਿਵੇਂ ਰੱਖਦੀਆਂ ਸੈਟਅਪ ਕਰਕੇ ਡਿਪੈਂਡ ਕਰਦਾ ਨਾ ਵੀ ਜੇ ਆਪ ਬੋਝ ਸਮਝ ਲਈਏ ਤਾਂ ਕੁਝ ਵੀ ਨਹੀਂ ਹੁੰਦਾ ਵਾ ਇਹ ਤਾਂ ਫਲੈਕਸੀਬਲ ਜਿਹਾ ਹੋ ਕੇ ਤੁਸੀਂ ਚੱਲੀ ਚੱਲੋ ਰਲ ਮਿਲੇ ਰੱਖੋ ਸਾਰਾ ਕੁਝ ਇੱਕ ਚੀਜ਼ ਨੂੰ ਜ਼ਿਆਦਾ ਤਵੱਜਾ ਨਾ ਦਿਓ ਇੱਕ ਨੂੰ ਘਟਾਓ ਨਾ ਜਿਵੇਂ ਤੁਸੀਂ ਪਹਿਨਾਓ ਪਹਿਲਾਂ ਉਹਨੀਆਂ ਬੇਸਿਕ ਜਿਹਾ ਰੱਖੋ ਸਾਰਾ ਕੁਝ ਸੋ ਮਤਲਬ ਕਿ ਉਹ ਚੀਜ਼ ਫੀਲ ਨਹੀਂ ਹੁੰਦੀ ਮੈਂ ਚੀਜ਼ ਨੂੰ ਟਾਈਮ ਵਾਧ ਦੇ ਰਿਆਂ ਤੇ ਉਹਨੂੰ ਘਟ ਦੇ ਰਿਆਂ ਤੇ ਬਸ ਵਿਆਹ ਤੋਂ ਬਾਅਦ ਕੋਈ ਖਾਸ ਫਰਕ ਨਹੀਂ ਪਿਆ ਉਵੇਂ ਹੀ ਆ ਮਤਲਬ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਮਤਲਬ ਕਿ ਹੁੰਦੀ ਆ ਜ਼ਰੂਰ ਪਰ ਮਤਲਬ ਕਿ ਬੋਝ ਨਹੀਂ ਬਣਿਆ ਮੇਰੇ ਲੋਕੀ ਕਹਿੰਦੇ ਵਿਆਹ ਬੋਝ ਆ ਉਹ ਹੀ ਨਹੀਂ ਹੁੰਦਾਗਾ ਚੱਲੀ ਜਾਂਦਾ ਸੁਣਾ ਹੋਗਾ ਸਭ ਕੁਝ ਵਧੀਆ ਹੋ ਗਿਆ ਮਾਰੇ ਨੇ ਮਤਲਬ ਸੋਨੇ ਕਾਰਜ ਕੀਤੇ ਹ ਅਜੇ ਤੱਕ ਤੇ ਉਮੀਦ ਕਰਦੇ ਆ ਵੀ ਇਹ ਕਾਰਜ ਕਿ ਕਹਿੰਦੇ ਆ ਰੇਂਜ ਮੈਰਿਜ ਹੋ ਜੇ ਤਾਂ ਬੋਝ ਹੋ ਜਾਂਦਾ ਲੰਮ ਮੈਰਜ ਹੋ ਜੇ ਬੋਝ ਨਹੀਂ ਹੁੰਦਾ ਨਹੀਂ ਇਹ ਤਾਂ ਚਲੋ ਹਰੇਕ ਦੀ ਆਪੋ ਆਪਣੀ ਸੋਚ ਆ ਨਾ ਰਿਸ਼ਤਾ ਸੱਚਾ ਸੁੱਚਾ ਹੋਣਾ ਚਾਹੀਦਾ ਮਹਾਰਾਜ ਦੀ ਹਯੂਰੀ ਚ ਬਣੇ ਹੋਣਾ ਚਾਹੀਦਾ ਤੇ ਲਾ ਇਤੋਂ ਵੱਡੀ ਸੱਚ ਮੋਰ ਕੋਈ ਨਹੀਂ ਗੀ ਰਿਸ਼ਤੇ ਦੀ ਬੁਨਿਆਦ ਤੁਸੀਂ ਜੇ ਆਪਣੀ ਮਤਲਬ ਕਿ ਸਾਰਿਆਂ ਦੀ ਸਹਿਮਤੀ ਹੋਵੇ ਗੁਰੂ ਮਹਾਰਾਜ ਦਾ ਤੁਹਾਡੇ ਨਾਲ ਉਹ ਆਸਰਾ ਹੋਵੇ ਤਾਂ ਉਸ ਰਿਸ਼ਤੇ ਰ ਦੀ ਪਵਿੱਤਰਤਾ ਕਿਤੇ ਨਹੀਂ ਮਿਲਦੀ ਮੇਰਾ ਜਾਤੀ ਤੌਰ ਤੇ ਮੰਨਣਾ ਇਹ ਆ ਸੋ ਰਿਸ਼ਤੇ ਪਵਿੱਤਰ ਉਹੀ ਹੁੰਦੇ ਆ ਜੋ ਮਾਂ ਬਾਪ ਗੁਰੂ ਮਹਾਰਾਜ ਦੀ ਹਯੂਰੀ ਵਿੱਚ ਪਲਦੇ ਆ ਮੇਰੀ ਸੋਚ ਹੈ ਮੈਂ ਚਾਹੂੰਗਾ ਜਗਜੀਤ ਜਾਂਦਿਆਂ ਜਾਂਦਿਆਂ ਇੱਕ ਹੋਰ ਕਲਾਮ ਤੁਸੀਂ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਹਾਂਜੀ ਮੈਂ ਹਰੀ ਸਿੰਘ ਨਲੂਏ ਬਾਰੇ ਕੁਝ ਬੋਲਣਾ ਚਾਹੂੰਗਾ ਨਲੂਏ ਕਵਿਤਾ ਇਦਾਂ ਵੀ ਨਾ ਹਰੀ ਸਿੰਘ ਨਲੂਆ ਆਖਦੇ ਜਿਹਨੂੰ ਜਾਣੇ ਕਾਬਲ ਕੰਧਾਰ ਉਹਦੀ ਤੇਗ ਤੇ ਚੰਦੀ ਨੱਚਦੀ ਤੇ ਪੈਰਾਂ ਹੇਠ ਅੰਗਿਆਰ ਉਹਦੀ ਅੱਖ ਦੇ ਤੇਵਰੇ ਅਥਰੇ ਤੇ ਸ਼ੂਕ ਰਹੀ ਤਲਵਾਰ ਕਿਲਾ ਦੱਸੇ ਜਮਰੋਦ ਦਾ ਇੱਕ ਚੜਿਆ ਆ ਸਰਦਾਰ ਕਿਲਾ ਦੱਸੇ ਜਮਰੋਦ ਦਾ ਇੱਕ ਚੜਿਆ ਆ ਸਰਦਾਰ ਬਹੁਤ ਬਹੁਤ ਧੰਨਵਾਦ ਜਗਜੀਤ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਾਈ ਤੁਸੀਂ ਚੱਲ ਕੇ ਆਏ ਬਹੁਤ ਬਹੁਤ ਧੰਨਵਾਦ ਤਾਂ ਇਹ ਸੀਗੇ ਬਾਈ ਜਗਜੀਤ ਪਿੰਡ ਮਾਲਾਕਲਾ ਜ਼ਿਲ੍ਹਾ ਮੋਗਾ ਤੋਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਆਉਣ ਵਾਲੇ ਗੀਤ ਬਾਈ ਦੇ ਆ ਰਹੇ ਨੇ ਬਾਈ ਬੰਟੀ ਨੰਬਰਦਾਰ ਲੈ ਕੇ ਆ ਰਹੇ ਨੇ ਉਸ ਤੋਂ ਇਲਾਵਾ ਬਾਈ ਦੀ ਇੱਕ ਪੁਸਤਕ ਪੰਜਾਬ ਇਸ ਸਾਲ ਦੇ ਅਖੀਰ ਦੇ ਵਿੱਚ ਆ ਰਹੀ ਹੈ ਉਸਦੇ ਨਾਲ ਹੀ ਬਾਈ ਆਪਣੀ ਇੱਕ ਸ਼ਾਰਟ ਮੂਵੀ ਇੰਗਲਿਸ਼ ਦੇ ਵਿੱਚ ਲੈ ਕੇ ਆ ਰਹੇ ਨੇ ਜੋ ਕੈਨੇਡਾ ਦੇ ਵਿੱਚ ਸ਼ੂਟ ਹੋਣੀ ਹੈ ਬਾਈ ਦੀ ਲਿਖੀ ਹੋਈ ਹੈ ਤਾਂ ਅਸੀਂ ਇਹੀ ਦੁਆਵਾਂ ਕਰਦੇ ਹਾਂ ਕਿ ਬਾਈ ਦੇ ਹੋਰ ਜਿਹੜੇ ਨਵੇਂ ਪ੍ਰੋਜੈਕਟ ਆ ਜਲਦ ਤੋਂ ਜਲਦ ਆਉਣ ਕੈਮਰਾਮੈਨ ਲੈਮਨਦੀਪ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਜੈ ਹੰਦਾਬਾਦ ਚੈਨਲ ਮੋਗਾ